ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸਵਿੰਦਰ ਸਿੰਘ ਅਤੇ ਅੱਜ ਅਸੀਂ ਖਾਸ ਗੱਲਬਾਤ ਕਰ ਰਹੇ ਹਾਂ ਸਰਬਜੀਤ ਉਹ ਖਿਡਾਰੀ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਹਰ ਖਿਡਾਰੀ ਆਪਣੇ ਦੇਸ਼ ਦਾ ਸਰਮਾਇਆ ਹੁੰਦੇ ਨੇ, ਅਨਮੋਲ ਹੀਰਾ ਹੁੰਦੇ ਨੇ ਜੋ ਖੇਡਦੇ ਨੇ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਅਤੇ ਉਸ ਦੇਸ਼ ਵਾਸਤੇ ਮੈਡਲ ਅਤੇ ਹੋਰ ਵੀ ਕਾਫੀ ਜੋ ਆ ਕਿ ਨਾਮ ਲੈ ਕੇ ਆਉਂਦੇ ਨੇ। ਪਰ ਕਿਤੇ ਨਾ ਕਿਤੇ ਜੋ ਅਣਦੇਖੀ ਹੋ ਰਹੀ ਆ ਸਰਬਜੀਤ ਖਿਡਾਰੀ ਦੀ, ਬਹੁਤ ਹੀ ਦੁੱਖ ਦੀ ਗੱਲ ਹੈ। ਕਿਤੇ ਨਾ ਕਿਤੇ ਸਰਕਾਰਾਂ ਨੂੰ ਔਰ ਸਿਆਸੀ ਲੋਕਾਂ ਨੂੰ ਇਹਨਾਂ ਨੂੰ ਸਨਮਾਨ ਦੇਣ ਦੀ ਲੋੜ ਹੀ ਜੋ ਇਹਨਾਂ ਨੂੰ ਨਹੀਂ ਮਿਲ ਰਿਹਾ। ਅਪੀਲ ਕੀਤੀ ਜਾ ਰਹੀ ਹੈ ਇਹਨਾਂ ਦੇ ਪਰਿਵਾਰ ਵੱਲੋਂ ਵੀ ਅਤੇ ਹੋਰ ਵੀ ਬਾਕੀ ਇਹਨਾਂ ਦੇ ਬੱਚੇ, ਜਿਸ ਤਰ੍ਹਾਂ ਕਿ ਇਸ ਟਾਈਮ ਅਣਦੇਖੀ ਦਾ ਸ਼ਿਕਾਰ ਹੋਣ ਕਰਕੇ ਜਿਹੜਾ ਕਿ ਉਹ ਸਹੂਲਤਾਂ ਜੋ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਪਰਿਵਾਰਾਂ ਨੂੰ, ਉਹ ਨਹੀਂ ਮਿਲ ਰਹੀਆਂ। ਅਪੀਲ ਹੈ ਕਿ ਇਸ ਸਾਡੇ ਚੈਨਲ ਵੱਲੋਂ ਕਿ ਸਰਬਜੀਤ ਖਿਡਾਰੀ ਅਤੇ ਉਹਦੇ ਪਰਿਵਾਰ ਨੂੰ ਜੋ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ ਅਤੇ ਜੋ ਇਹ ਪਰਿਵਾਰ ਜੋ ਕਿ ਹਿੰਦੁਸਤਾਨ ਵਾਸਤੇ ਜੋ ਇੱਕ ਲੰਬੀ ਦੌੜ ਲਾ ਰਹੇ ਨੇ ਅਤੇ ਖਾਸ ਕਰਕੇ ਵਿਦੇਸ਼ ਵਿੱਚ ਵੀ ਦੁਬਈ 'ਚ ਜਾ ਕੇ ਇਸ ਟਾਈਮ ਖੇਡ ਰਹੇ ਨੇ ਅਤੇ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਨੇ ਅਤੇ ਉੱਥੋਂ ਆਪਣੇ ਕੋਲੋਂ ਹੀ ਪੈਸਾ ਫੰਡਿੰਗ ਦੇ ਕੇ ਉੱਥੋਂ ਐਂਟਰੀ ਫੀਸ ਜਮ੍ਹਾਂ ਕਰਵਾਉਂਦੇ ਨੇ। ਪਰ ਕਿਤੇ ਨਾ ਕਿਤੇ ਲੋੜ ਹੈਗੀ ਆ ਕਿ ਜੋ ਇਹ ਆਪਣੇ ਭਾਰਤ ਵਾਸਤੇ, ਹਿੰਦੁਸਤਾਨ ਵਾਸਤੇ ਇਹ ਇੰਨੀ ਮਿਹਨਤ ਕਰ ਰਹੇ ਨੇ ਔਰ ਇਹਨਾਂ ਦਾ ਬਣਦਾ ਹੱਕ, ਬਣਦਾ ਸਤਿਕਾਰ ਇਹਨਾਂ ਨੂੰ ਦੇਣਾ ਚਾਹੀਦਾ ਹੈ ਅਤੇ ਤਾਂ ਜੋ ਇਹ ਪਲੇਅਰ ਜੋ ਹੈ ਇਸ ਤਰ੍ਹਾਂ ਦੇ ਜੋ ਅਨਮੋਲ ਹੀਰੇ ਆ ਉਹਨਾਂ ਨੂੰ ਇੱਕ ਵਧੀਆ ਜੋ ਹੱਕ ਮਿਲ ਸਕੇ। ਧੰਨਵਾਦ ਜੀ। ਸਮੂਹ ਪੰਜਾਬੀਆਂ ਨੂੰ ਜਸਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਵਾਲੀਕੁਮ, ਨਮਸਕਾਰ। ਅਤੇ ਅੱਜ ਅਸੀਂ ਖਾਸ ਗੱਲਬਾਤ ਕਰ ਰਹੇ ਹਾਂ ਇੱਕ ਅਜਿਹੇ ਖਿਡਾਰੀ ਦੀ ਜੋ ਕਿ ਚੜ੍ਹਦੇ ਪੰਜਾਬ ਤੋਂ, ਗੁਰਦਾਸਪੁਰ ਜ਼ਿਲ੍ਹੇ ਤੋਂ, ਜੋ ਕਿ ਇੱਥੋਂ ਕਾਫੀ ਜਿਹੜਾ ਕਿ ਆਪਣੇ ਹਿੰਦੁਸਤਾਨ ਦਾ ਔਰ ਪੰਜਾਬ ਦਾ ਨਾਂ ਚਮਕਾ ਚੁੱਕੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ, ਖਾਸ ਕਰਕੇ ਦੁਬਈ ਵਿੱਚ ਵੀ ਜੋ ਆਪਣੇ ਤਿਰੰਗੇ ਝੰਡੇ ਨੂੰ ਲਹਿਰਾ ਕੇ ਉਹਨਾਂ ਨੇ ਉੱਥੋਂ ਵੀ ਦੌੜ ਇੱਕ ਲਗਾਈ ਆ ਔਰ ਕਾਫੀ ਹੀ ਜਗ੍ਹਾ 'ਤੇ ਆਪਣੇ ਜੋ ਦੇਸ਼ ਦੀ ਇੱਕ ਮਾਣ ਹੋਣ ਵਾਸਤੇ ਸਟਰਗਲ ਕਰ ਰਹੇ ਨੇ। ਪਰ ਕਿਤੇ ਨਾ ਕਿਤੇ ਅਣਦੇਖੀ ਹੋਈ ਆ ਸਰਬਜੀਤ ਖਿਡਾਰੀ ਜੀ ਦੀ, ਜਿਹਨਾਂ ਨੂੰ ਅਸੀਂ ਆਪਦੇ ਰੂਬਰੂ ਕਰ ਰਹੇ ਹਾਂ ਔਰ ਖੁਸ਼ੀ ਇੱਕ ਚੱਲ ਰਹੀ ਹੈ ਛੋਟੀ ਜਿਹੀ ਕਿ ਜੋ ਸਰਕਾਰ ਵੱਲੋਂ ਜੋ ਉਹਨਾਂ ਦਾ ਮਾਨ ਸਤਿਕਾਰ ਜੋ ਬਣਦਾ ਸੀ ਉਹਨਾਂ ਨੂੰ ਸਤਿਕਾਰ ਦਿੱਤਾ ਜਾਵੇ। ਹਾਂਜੀ ਸਰਬਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਜੀ, ਕਿਵੇਂ ਹਾਲ ਚਾਲ? ਠੀਕ ਹੈ, ਫਸਟ ਕਲਾਸ। ਅਤੇ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਆਪਦਾ ਜੋ ਖੇਡਾਂ ਦਾ ਵਿਸ਼ਾ ਹੈ, ਕਿਸ ਤਰ੍ਹਾਂ ਤੁਹਾਡਾ ਰੁਝਾਨ ਬਣਿਆ? ਮੈਂ ਡੀਐਵੀ ਤੋਂ ਜਦੋਂ ਗੇਮ ਹੈ ਉਹ ਸਟਾਰਟ ਕੀਤੀ ਸੀਗੀ ਅਤੇ ਇੱਕ ਵਾਰੀ ਇਸ ਤਰ੍ਹਾਂ ਹੀ ਇੱਕ ਬੱਚਾ ਜਿਹੜਾ ਉਹ ਐਬਸੈਂਟ ਹੋਇਆ ਅਤੇ ਮੈਂ ਦੇਖਣ ਵਾਸਤੇ ਗਿਆ ਸੀਗਾ ਗੇਮ ਅਤੇ ਉਹ ਜਿਹੜੇ ਟੀਚਰ ਸੀਗੇ ਉਹਨਾਂ ਨੇ ਮੈਨੂੰ ਕਿਹਾ ਤੂੰ ਖੇਡੇਗਾ? ਮੈਨੂੰ ਖੇਡਣ ਦਾ ਤੇਰਾ ਪਤਾ ਨਹੀਂ, ਤਾਂ ਮੈਂ ਇੱਦਾਂ ਹੀ ਕਹਿ ਤਾ, ਮੈਂ ਕਿਹਾ ਹਾਂਜੀ ਮੈਂ ਖੇਡਾਂ ਜੀ। ਅਤੇ ਉਸ ਦਿਨ ਮੈਂ ਖੇਡਣਾ ਸ਼ੁਰੂ ਕੀਤਾ, ਫਿਰ ਉਸ ਤੋਂ ਬਾਅਦ ਮੈਂ ਕੰਟੀਨਿਊ ਜਿਹੜਾ ਉਹ ਖੇਡਦਾ ਹੀ ਰਿਹਾ। ਅਤੇ ਆਪਣੇ ਜੋ ਤਲੀਮ ਹੈ ਉਹ ਕਿੱਥੋਂ ਹਾਸਲ ਕੀਤੀ ਜੀ? ਪੜ੍ਹਾਈ ਲਿਖਾਈ ਜਿਹੜੀ ਕਿੱਥੋਂ ਦੀ, ਜਨਮ ਆਪਣਾ ਸਥਾਨ ਕਿੱਥੋਂ ਦਾ ਜੀ? ਮੈਂ ਪਠਾਨਕੋਟ ਦਾ ਜੰਮਪਲ ਹੈ ਜੀ ਔਰ ਪਠਾਨਕੋਟ ਤੋਂ ਮੈਂ ਜੋ ਵੀ ਐਜੂਕੇਸ਼ਨ ਆ ਪਠਾਨਕੋਟ ਤੋਂ ਲਈ ਹੈ ਔਰ ਬਾਕੀ ਜੋ ਹੈ ਉਸ ਤੋਂ ਬਾਅਦ 85 ਦੇ ਵਿੱਚ ਅਸੀਂ ਗੁਰਦਾਸਪੁਰ ਆਏ ਹਾਂ ਅਤੇ ਡੀਏਵੀ ਹਾਈ ਸਕੂਲ ਤੋਂ ਬਾਕੀ ਸਿੱਖਿਆ ਜਿਹੜੀ ਹੈ ਡੀਏਵੀ ਹਾਈ ਸਕੂਲ ਤੋਂ ਮੈਂ ਲਈ ਹੈ। ਅਤੇ ਜਿਸ ਤਰ੍ਹਾਂ ਮੰਨ ਲਓ ਕਿ ਸਕੂਲ ਜਿੱਦਾਂ ਤੁਸੀਂ ਆਪਣੇ ਖੇਡਣਾ ਸ਼ੁਰੂ ਕੀਤਾ ਅਤੇ ਸਕੂਲ ਤੋਂ ਜਿੱਦਾਂ ਕਾਫੀ ਬੱਚੇ ਜਿਹੜੇ ਆ ਕਿ ਫੌਜ ਵਿੱਚ ਭਰਤੀ ਹੋਏ ਜਾਂ ਪੰਜਾਬ ਪੁਲਿਸ ਵਿੱਚ ਭਰਤੀ ਹੋਏ, ਕਿ ਤੁਹਾਨੂੰ ਇਹਦੇ ਵਾਸਤੇ ਕੋਈ ਸਹੂਲਤ ਨਹੀਂ ਮਿਲੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ? ਉਸ ਟਾਈਮ ਮੇਰੀ ਏਜ ਨਹੀਂ ਹੈਗੀ ਸੀ ਕਿ ਮੈਂ ਪੁਲਿਸ ਦੇ ਵਿੱਚ ਭਰਤੀ ਹੋ ਸਕਦਾ, ਲੇਕਿਨ ਮੈਨੂੰ ਇਹ ਸੀਗਾ ਕਿ ਮੈਂ ਮਤਲਬ ਜ਼ਿਆਦਾ ਜ਼ਿਆਦਾ ਖੇਡਾਂ। ਹਾਂਜੀ। ਅਤੇ ਮੈਂ ਖੇਡਦਾ ਰਿਹਾ ਖੇਡਦਾ ਰਿਹਾ ਖੇਡਦਾ ਰਿਹਾ ਕਾਫੀ ਉੱਪਰ ਤੱਕ ਜਦੋਂ ਮੈਂ ਗਿਆ ਅਤੇ ਫਿਰ ਮੈਂ ਅਪਲਾਈ ਕਰਦਾ ਰਿਹਾ ਗੇਮਾਂ ਦੇ ਵਿੱਚ, ਫਿਰ ਮੈਂ ਜੋਬ ਦੇ ਵਿੱਚ ਫਿਰ ਅਪਲਾਈ ਕਰਦਾ ਰਿਹਾ। ਅਤੇ ਜਿਸ ਤਰ੍ਹਾਂ ਮੰਨ ਲਓ ਕਿ ਗੇਮਾਂ ਦਾ ਜੋ ਸਿਲਸਿਲਾ ਆਪਦਾ ਚੱਲਦਾ ਗਿਆ ਚੱਲਦਾ ਗਿਆ, ਤੁਸੀਂ ਜੋ ਗੇਮਾਂ ਸਟਾਰਟ ਜਦੋਂ ਕੀਤੀਆਂ ਪਹਿਲਾਂ ਕਿਸ ਤਰ੍ਹਾਂ ਸਿਟੀ ਲੈਵਲ 'ਤੇ ਜਾਂ ਡਿਸਟ੍ਰਿਕਟ ਲੈਵਲ 'ਤੇ ਔਰ ਕਿਸ ਹੱਦ ਤੱਕ ਖੇਡੇ? ਮੈਂ ਡਿਸਟ੍ਰਿਕਟ ਲੈਵਲ 'ਤੇ ਪਹਿਲੇ ਖੇਡਦਾ ਰਿਹਾ ਔਰ ਡਿਸਟ੍ਰਿਕਟ 'ਚੋਂ ਸਾਡੀ ਟੀਮ ਜਿਹੜੀ ਉਹ ਵਿਨਰ ਆ ਗਈ ਸਾਡੀ ਹੋਈ ਹੈ ਅਤੇ ਸਾਡੀ ਕੋਚ ਸੀਗੇ ਮੈਡਮ ਰਵਿੰਦਰ ਕੌਰ ਜੀ, ਉਹ ਸਾਨੂੰ ਇੱਥੇ ਕੋਚਿੰਗ ਦਿੰਦੇ ਰਹੇ ਨੇ। ਉਸ ਤੋਂ ਬਾਅਦ ਉਸ ਤੋਂ ਉਹਨਾਂ ਦੇ ਨਾਲ ਨਾਲ ਮਿਸਟਰ ਦਵਿੰਦਰ ਸਿੰਘ ਸੀਗੇ ਇੱਥੇ ਡੀਏਵੀ ਹਾਈ ਸਕੂਲ ਦੇ ਵਿੱਚ, ਉਹ ਸਾਨੂੰ ਇੱਦਾਂ ਟ੍ਰੇਨਿੰਗ ਕਰਾਉਂਦੇ ਰਹੇ ਅਤੇ ਅਸੀਂ ਇੱਦਾਂ ਵੱਧਦੇ ਰਹੇ ਅੱਗੇ ਵੱਧਦੇ ਰਹੇ। ਪਹਿਲੇ ਡਿਸਟ੍ਰਿਕਟ ਲੈਵਲ 'ਚੋਂ ਸੀ, ਫਿਰ ਅੱਗੇ ਸਟੇਟ ਲੈਵਲ 'ਤੇ ਜਾਣਾ ਸੀ ਅਤੇ ਇਸ ਤਰ੍ਹਾਂ ਅਸੀਂ ਖੇਡਦੇ ਹਾਂ। ਔਰ ਖੇਡਾਂ ਸੰਸਥਾ ਜਿੱਦਾਂ ਆਪ ਨੂੰ ਚੱਲਦਾ ਗਿਆ, ਜਿਸ ਤਰ੍ਹਾਂ ਇਹ ਬੈਕ ਫੋਟੋ ਜੀ ਵੀ ਦੇਖ ਸਕਦੇ ਹਾਂ, ਤੁਸੀਂ ਦੁਬਈ ਵਿੱਚ ਵੀ ਇੰਟਰਨੈਸ਼ਨਲ ਖੇਡੇ ਹੋ ਔਰ ਖੇਡੀਆਂ ਹੋਰ ਵੀ ਜੋ ਇੰਟਰਨੈਸ਼ਨਲ ਲੈਵਲ 'ਤੇ ਖੇਡੇ ਹੋ, ਉਹਦੀ ਕੋਈ ਯਾਦ ਦੱਸਣਾ ਚਾਹੁੰਦੇ ਦਰਸ਼ਕਾਂ ਨੂੰ ਜੋ ਕਿ ਜਿਸ ਲਈ ਤੁਹਾਨੂੰ ਅੱਜ ਵੀ ਲੱਗਦਾ ਕਿ ਕਿਤੇ ਕਿਤੇ ਮੇਰੀ ਅਣਦੇਖੀ ਹੋ ਰਹੀ? ਹਾਂ, ਮੇਰੀ ਸਿਲੈਕਸ਼ਨ ਸਪੋਰਟਸ ਵਿੰਗ ਪਠਾਨਕੋਟ ਦੇ ਵਿੱਚ ਹੋਈ ਅਤੇ ਉੱਥੇ ਫਿਰ ਮੇਰੀ ਜਦੋਂ ਸਿਲੈਕਸ਼ਨ ਹੋਈ ਹੈ ਅਤੇ ਉੱਥੋਂ ਫਿਰ ਮੈਂ ਕਾਫੀ ਆਪਣੀ ਗੇਮ ਜਿਹੜੀ ਆ ਉਹ ਮੇਰੀ ਇੰਪਰੂਵ ਹੋਈ ਹੈ ਅਤੇ ਉੱਥੋਂ ਫਿਰ ਮੈਂ ਸਿਲੈਕਸ਼ਨ ਹੋਈ ਸੀ ਮੇਰੀ ਨੈਸ਼ਨਲ ਸਕੂਲ ਗੇਮ ਵਾਸਤੇ ਅਤੇ ਅਸੀਂ ਦਿੱਲੀ ਜਾ ਕੇ ਖੇਡ ਕੇ ਆਏ ਸੀ ਅਤੇ ਉਸ ਟਾਈਮ ਸਾਡੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀਗਾ ਅਤੇ ਦਿੱਲੀ ਦੇ ਉਸ ਟਾਈਮ ਰਾਜਪਾਲ ਜਿਹੜੇ ਸੀਗੇ ਏਅਰ ਚੀਫ ਮਾਰਸ਼ਲ ਰਿਟਾਇਰ ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਉਹਨਾਂ ਨੇ ਮੈਨੂੰ ਗੋਲਡ ਮੈਡਲ ਦਿੱਤਾ ਸੀਗਾ ਅਤੇ ਪਰ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿ ਸਰ ਉਹਨਾਂ ਨੇ ਕਾਫੀ ਗੋਲਡ ਮੈਡਲ ਉਹਨਾਂ ਦੇ ਕੋਲ ਜੋ ਹਾਸਲ ਕੀਤੇ ਹੋਏ ਨੇ ਵੱਖ ਵੱਖ ਸੂਬਿਆਂ 'ਚ, ਵੱਖ ਵੱਖ ਸਟੇਟਾਂ 'ਚ ਜੋ ਖੇਡ ਕੇ ਨਾ, ਜਾਂ ਸੂਬਾ ਪੱਧਰ ਜਾਂ ਨੈਸ਼ਨਲ ਪੱਧਰ 'ਤੇ ਔਰ ਦੁਬਈ ਵਿੱਚ ਵੀ ਗੇਮਾਂ ਕਰਨ ਤੋਂ ਬਾਅਦ ਵੀ ਕਹਿ ਸਕਦੇ ਕਿ ਜੋ ਖਿਡਾਰੀ ਹੁੰਦੇ ਨੇ ਜਾਂ ਜੋ ਇੱਕ ਫੌਜੀ ਹੁੰਦੇ ਨੇ ਸਾਡੇ ਦੇਸ਼ ਦਾ ਸਰਮਾਇਆ ਨੇ,
ਪਰ ਲੇਕਿਨ ਕਿਤੇ ਨਾ ਕਿਤੇ ਬਦਕਿਸਮਤੀ ਆ ਕਿ ਜੋ ਅਜਿਹੇ ਅਨਮੋਲ ਹੀਰਿਆਂ ਨੂੰ ਅਸੀਂ ਨਹੀਂ ਸੰਭਾਲਦੇ ਹਾਂ, ਕਿਤੇ ਨਾ ਕਿਤੇ ਇਹ ਸਾਡੀ ਅਣਦੇਖੀ ਹੋ ਰਹੀ ਆ। ਔਰ ਦੇਖਿਆ ਜਾਵੇ ਤਾਂ ਸਿਆਸਤ ਵਿੱਚ ਆ ਕੇ ਲੋਕ ਸਿਆਸੀਕਰਨ ਕਰਕੇ ਜਿਹੜਾ ਕਿ ਇਹਨਾਂ ਲੋਕ ਜੋ ਖਿਡਾਰੀਆਂ ਨੂੰ ਸਾਡੇ ਅਨਮੋਲ ਹੀਰਿਆਂ ਨੂੰ ਕਿਤੇ ਨਾ ਕਿਤੇ ਉਹ ਅਣਦੇਖਿਆ ਕਰ ਰਹੇ ਨੇ, ਬੜੀ ਹੀ ਇੱਕ ਦੁੱਖ ਦੀ ਗੱਲ ਹੈ। ਕਿਤੇ ਨਾ ਕਿਤੇ ਲੋੜ ਹੈਗੀ ਆ। ਔਰ ਇਹ 'ਚ ਸਬਜੀ ਜੀ ਅਸੀਂ ਇੱਕ ਗੱਲ ਆਪਦੇ ਵੱਲੋਂ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਰਕਾਰ ਅੱਗੇ ਕੀ ਮੰਗ ਕਰਦੇ ਹੋ ਕਿ ਤੁਹਾਨੂੰ ਕੁਛ ਨਾ ਕੁਛ ਜਿਹੜੇ ਤੁਹਾਡਾ ਮਾਨ ਸਤਿਕਾਰ ਜਿੱਥੇ ਨਹੀਂ ਲੱਗਦਾ ਮਿਸ ਹੋਇਆ ਹੈਗਾ, ਕੀ ਹੋਣਾ ਚਾਹੀਦਾ? ਜੋਬ ਵਾਸਤੇ ਤਾਂ ਮੈਂ ਕਾਫੀ ਅਪਲਾਈ ਕਰਦਾ ਰਿਹਾ। ਮੈਂ ਉਸ ਟਾਈਮ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਜੀ ਨੂੰ ਵੀ ਮਿਲਿਆ ਸੀ, ਐਪਲੀਕੇਸ਼ਨ ਦਿੱਤੀ ਕਿ ਸਪੋਰਟਸ ਕੋਰਟ 'ਤੇ ਥੋੜ੍ਹਾ ਬਹੁਤਾ ਸਪੋਰਟਸ ਕੋਰਟ 'ਤੇ ਮੈਨੂੰ ਥੋੜ੍ਹਾ ਬਹੁਤਾ ਕੁਛ ਸਹਾਰਾ ਮਿਲੇ, ਪਰ ਉਹਨਾਂ ਨੇ ਕਿਸੇ ਤਰ੍ਹਾਂ ਐਪਲੀਕੇਸ਼ਨ ਦਿੱਤੀ ਪਰ ਕੋਈ ਜਵਾਬ ਮੈਨੂੰ ਨਹੀਂ ਮਿਲਿਆ ਕਿ ਡਾਇਰੈਕਟ ਸਪੋਰਟਸ 'ਤੇ ਹੁੰਦੇ। ਅਗਰ ਉਸ ਟਾਈਮ ਮੈਨੂੰ ਜੋਬ ਮਿਲਦੀ ਤਾਂ ਮੈਂ ਬਹੁਤ ਵੱਡਾ ਖਿਡਾਰੀ ਹੋਣਾ ਸੀ, ਅੱਜ ਮੈਂ ਬਹੁਤ ਵੱਡਾ ਖਿਡਾਰੀ, ਪਰ ਮੈਨੂੰ ਕੁਛ ਵੀ ਨਹੀਂ ਮਿਲਿਆ। ਮੈਂ ਖੇਡ ਮੰਤਰੀ ਪੰਜਾਬ ਕੋਲ ਵੀ ਜਾ ਕੇ ਆਇਆ ਸੀ ਇਸ ਟਾਈਮ, ਅਤੇ ਉੱਧਰੋਂ ਵੀ ਕੁਛ ਨਹੀਂ ਮਿਲਿਆ। ਸਾਡੇ ਜ਼ਿਲ੍ਹੇ ਦੇ ਵੀ ਸਿੱਖਿਆ ਮੰਤਰੀ ਰਹੇ ਨੇ ਮਿਸਟਰ ਖੁਸ਼ਹਾਲ ਬਹਿਲ ਜੀ, ਉਹਨਾਂ ਕੋਲ ਵੀ ਮੈਂ ਮਿਲਿਆ, ਉਹਨਾਂ ਨੂੰ ਵੀ ਮਿਲਿਆ ਸੀਗਾ, ਪਰ ਨਹੀਂ ਕੁਛ ਹਾਸਲ ਨਹੀਂ ਹੋਇਆ। ਅਤੇ ਫਿਰ ਜੋਬ ਦੀ ਤਲਾਸ਼ ਦੇ ਵਿੱਚ ਇਸ ਤਰ੍ਹਾਂ ਫਿਰ ਮੈਂ ਦੁਬਈ ਚਲਾ ਗਿਆ, ਅਤੇ ਗੇਮ ਮੇਰੀ ਜਿਹੜੀ ਆ ਉਹ ਸਟੋਪ ਹੋ ਗਈ। ਅਤੇ 5-6 ਸਾਲ ਦੇ ਗੈਪ ਦੇ ਬਾਅਦ ਫਿਰ ਮੈਂ ਦੁਬਈ 'ਚ ਰਨਿੰਗ ਚਾਲੂ ਕੀਤੀ, ਹੈਂਡਬੋਲ ਛੱਡ ਕੇ ਫਿਰ ਮੈਂ ਰਨਿੰਗ ਚਾਲੂ ਕੀਤੀ ਕਿਉਂਕਿ ਉੱਥੇ ਹੈਂਡਬੋਲ ਨਹੀਂ ਖੇਡਣ ਨੂੰ ਮਿਲਦੀ ਸਾਨੂੰ। ਅਤੇ ਉੱਥੇ ਫਿਰ ਮੈਂ ਜਿਹੜੇ ਓਪਨ ਟੂਰਨਾਮੈਂਟ ਹੁੰਦੇ ਆ, ਮੈਰਾਥਨ ਜਿਹੜੀਆਂ ਹੁੰਦੀਆਂ ਨੇ, ਜਿੱਦਾਂ ਸਟੈਂਡਰਡ ਚੈਟਰ ਦੁਬਈ ਮੈਰਾਥਨ ਹੋ ਗਿਆ, ਦੁਬਈ ਕ੍ਰਿਕ ਹੋ ਗਿਆ, ਜਾਂ ਆਟੋ ਟਰਮ ਹੋ ਗਈ, ਜਾਂ ਇਸ ਤਰ੍ਹਾਂ ਜਿਹੜੀਆਂ ਵੀ 10 ਕਿਲੋਮੀਟਰ 21 ਕਿਲੋਮੀਟਰ ਦੀਆਂ ਰੇਸਾਂ ਹੁੰਦੀਆਂ ਜਿਹੜੀਆਂ, ਮੈਂ ਉਹਨਾਂ 'ਚ ਆਪਣੇ ਤੌਰ 'ਤੇ ਫਿਰ ਪਾਰਟੀਸਪੇਟ ਕਰਦਾ ਰਿਹਾ, ਅਤੇ ਉਹ ਮੈਂ ਤਿਰੰਗਾ ਲੈ ਕੇ ਮੈਂ ਫਿਰ ਕੰਪਲੀਟ ਕਰਦਾ ਰਿਹਾ, ਤਾਂ ਕਿ ਮੇਰੇ ਮਨ ਨੂੰ ਖੁਸ਼ੀ ਹੁੰਦੀ ਕਿ ਮੈਂ ਜਿਹੜਾ ਤਿਰੰਗਾ ਲੈ ਕੇ 21 ਕਿਲੋਮੀਟਰ ਜਾਂ 10 ਕਿਲੋਮੀਟਰ ਜਿਹੜੀ ਆ ਦੂਜੇ ਦਿਨ ਦੇ ਵਿੱਚ ਮੈਂ ਕੰਪਲੀਟ ਕੀਤੀ ਆ, ਉਹ ਮੈਨੂੰ ਖੁਸ਼ੀ ਹੁੰਦੀ ਹੈ। ਇੱਕ ਅਸੀਂ ਥੋੜ੍ਹੀ ਦੇਰ ਪਹਿਲਾਂ ਆਪਣਾ ਜਦੋਂ ਹੁਸ਼ਿਆਰਪੁਰ ਦਾ ਸਾਂਝਾ ਕਰ ਰਹੇ ਸੀਗੇ, ਅਤੇ ਇੰਗਲੈਂਡ ਵਿੱਚ ਇੱਕ ਦੱਸੋ ਆਪਣੇ ਦੱਸਿਆ ਹੈਗਾ ਕਿ ਹੁਸ਼ਿਆਰਪੁਰ ਤੋਂ ਇੱਕ ਪਲੇਅਰ ਸੀਗੇ ਜਿਹਨਾਂ ਨੂੰ ਇਸ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਕਾਫੀ ਸਨਮਾਨ ਦਿੱਤਾ, ਉਹਨਾਂ ਬਾਰੇ ਥੋੜ੍ਹਾ ਜ਼ਿਕਰ ਕਰਨਾ ਚਾਹੁੰਦਾ। ਮੈਂ ਯੂਟਿਊਬ 'ਤੇ ਦੇਖਿਆ ਸੀਗਾ ਫੌਜਾ ਸਿੰਘ ਨਾਮ ਦਾ ਇੱਕ ਬਜ਼ੁਰਗ ਆਦਮੀ ਹੈ, ਸ਼ਾਇਦ 103 ਜਾਂ 104 ਸਾਲ ਦੀ ਉਹਨਾਂ ਦੀ ਏਜ ਸੀਗੀ, ਉਹ ਮੈਰਾਥੋਨ ਦੇ ਵਿੱਚ ਪਾਰਟੀਸਪੇਟ ਕਰਦੇ ਰਹੇ ਆ, ਅਤੇ ਮਤਲਬ ਉਹਨਾਂ ਦਾ ਹੌਸਲਾ ਇੰਨਾ ਮਤਲਬ ਕਿ ਹੈਗਾ ਕਿ ਉਹ 100 ਸਾਲ ਦੀ ਏਜ ਦੇ ਵਿੱਚ ਵੀ ਉਹ ਆਪਣੀ ਮੈਰਾਥਨ ਜਿਹੜੀ ਹੈ ਉਹ ਕੰਪਲੀਟ ਕਰਦੇ ਨੇ। ਅਤੇ ਮੈਂ ਵੀ ਇਹੋ ਚਾਹੁੰਦਾ ਕਿ ਜਿੱਦਾਂ ਜਿੱਦਾਂ ਸਾਡੀ ਏਜ ਵੱਧਦੀ ਜਾਂਦੀ ਹੈ ਤਾਂ ਮੈਂ ਇਹ ਗੇਮਾਂ ਜਿਹੜੀਆਂ ਉਹ ਨਾ ਛੱਡਾਂ, ਅਤੇ ਮੈਂ ਅੱਗੇ ਨਿਕਲਦਾ ਰਹਾਂ ਤਾਂ ਕਿ ਦੇਸ਼ ਦਾ ਨਾਮ ਰੋਸ਼ਨ ਕਰਾਂ। ਮੈਂ ਜਿਸ ਤਰ੍ਹਾਂ ਉਹ ਇੰਗਲੈਂਡ 'ਚ ਗਏ ਨੇ, ਅਤੇ ਅਗਰ ਇੰਗਲੈਂਡ ਗੌਰਮੈਂਟ ਵੀ ਮੈਨੂੰ ਕੋਈ ਸਹੂਲਤ ਦਿੰਦੀ ਹੈ ਤਾਂ ਮੈਂ ਉੱਥੇ ਜਾ ਕੇ ਵੀ ਇਹ ਸਭ ਕੁਛ ਕਰਨ ਦਾ, ਜਾਂ ਕੋਈ ਸਪੋਂਸਰ ਮੈਨੂੰ ਮਿਲਦਾ ਅੱਛਾ ਤਾਂ ਮੈਂ ਅੱਗੇ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕਰਾਂਗਾ, ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਾਂਗਾ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਾਂਗਾ। ਹਾਂਜੀ, ਇੱਕ ਇੱਥੇ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਰਬਜੀਤ ਜੀ ਨੇ ਦੱਸਿਆ ਹੈਗਾ ਕਿ ਬ੍ਰਿਟਿਸ਼ ਗੌਰਮੈਂਟ ਜਿਸ ਤਰ੍ਹਾਂ ਕਿ ਉਹਨਾਂ ਨੇ ਹੁਸ਼ਿਆਰਪੁਰ ਦੇ ਇੱਕ ਆਪਣੇ ਫੌਜਾ ਸਿੰਘ ਜੀ ਨੂੰ ਜਿਹੜਾ ਬੜਾ ਸਨਮਾਨ ਦਿੱਤਾ, ਅਤੇ ਉੱਥੇ ਉਹਨਾਂ ਨੇ ਜਿਹੜੀ ਇੱਕ ਬੜੀ ਵਧੀਆ ਨੈਸ਼ਨੈਲਿਟੀ ਵੀ ਦਿੱਤੀ ਹੈਗੀ ਆ, ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਉਹਨਾਂ ਨੇ ਜੋ ਸਿੱਖ ਆਰਮੀ ਫਿਰ ਦੁਬਾਰਾ ਇੱਕ ਸਟੈਬਲਿਸ਼ ਕੀਤੀ ਹੈਗੀ ਆ, ਜਾਂ ਫਿਰ ਇੱਕ ਰਾਈਟ ਮਿਲਦੀ ਹੈ ਦੁਬਾਰਾ। ਕਿਤੇ ਨਾ ਕਿਤੇ ਪਹਿਲਾ ਵਿਸ਼ਵ ਯੁੱਧ ਅਤੇ ਦੂਜਾ ਵਿਸ਼ਵ ਯੁੱਧ ਜੋ ਹੋਇਆ ਸੀਗਾ ਉਹਨੂੰ ਵੀ ਸਾਡੇ ਇੱਥੇ ਕੁਝ ਪਰਿਵਾਰ ਅਜਿਹੇ ਹੈਗੇ ਜਿਹੜੇ ਜਿਨ੍ਹਾਂ ਨਾਲ ਅਣਦੇਖੀ ਹੋ ਰਹੀ ਹੈ ਅਤੇ ਉਹਨਾਂ ਨੂੰ ਸਹੂਲਤਾਂ ਜੋ ਆ ਬਣਦੀਆਂ ਨਹੀਂ ਮਿਲ ਰਹੀਆਂ। ਇਸ ਤਰ੍ਹਾਂ ਹੀ ਲੋੜ ਹੈਗੀ ਆ ਅਜਿਹੇ ਅਨਮੋਲ ਹੀਰੇ ਸੰਭਾਲਣ ਦੀ, ਜਿਹਨਾਂ ਜੋ ਕਿ ਆਪਣੇ ਦੇਸ਼ ਦੀ ਤਰੱਕੀ ਵਾਸਤੇ ਕਿਤੇ ਨਾ ਕਿਤੇ ਕੁਛ ਚਾਨਣ ਮੁਨਾਰਾ ਬਣ ਸਕਦੇ ਨੇ, ਲੋੜ ਹੈ ਇਹਨਾਂ ਨੂੰ ਸੰਭਾਲਣ ਦੀ। ਅਤੇ ਇਸ ਉਮੀਦ ਨਾਲ ਇਸ ਪ੍ਰੋਗਰਾਮ ਨੂੰ ਜੋ ਲੈਂਦੇ ਚੜ੍ਹਦੇ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਵੇਖਣ ਵਾਲੇ ਲੋਕ ਵੀ ਸਰਬ ਜੀ ਨੂੰ ਸੰਪਰਕ ਕਰਨ, ਉਹ ਸਰ ਆਪ ਕੋਈ ਮੈਸੇਜ ਦੇਣਾ ਚਾਹੁੰਦੇ ਆ ਕਿ ਵੱਧ ਇਸ ਬਾਰੇ? ਜੋ ਵੀ ਮੈਨੂੰ ਕੋਈ ਸਪੋਂਸਰ ਕਰਦਾ ਜਾਂ ਜੋ ਵੀ ਮੇਰੇ ਲਈ ਕੋਈ ਹੈਲਪ ਕਰੇਗਾ ਬਾਹਰ ਗੇਮਾਂ ਦੇ ਬਾਰੇ 'ਚ, ਤਾਂ ਮੈਂ ਉਸ ਦੇਸ਼ ਦਾ ਨਾਮ ਰੋਸ਼ਨ ਕਰਾਂਗਾ, ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਾਂਗਾ, ਉਸ ਕੰਟਰੀ ਦਾ ਨਾਮ ਰੋਸ਼ਨ ਕਰਾਂਗਾ। ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਇੱਕ ਬਜ਼ੁਰਗ ਹੋਰ ਵੀ ਹੈਗੇ ਨੇ, ਉਹਨਾਂ ਵੀ 102-103 ਸਾਲ ਮਤਲਬ ਕਿ ਏਜ ਹੈਗੀ ਆ, ਉਹ ਵੀ ਮਤਲਬ ਕਿ ਰਨਿੰਗ ਕਰਦੇ ਨੇ। ਅਤੇ ਮੈਂ ਫੌਜਾ ਸਿੰਘ ਦੇ ਬਾਰੇ 'ਚ ਕਹਿਣਾ ਚਾਹਾਂਗਾ ਕਿ ਉਹ ਮੈਨੂੰ ਇੰਨਾ ਪੱਕਾ ਨਹੀਂ ਪਤਾ ਕਿ ਉਹ ਹੁਸ਼ਿਆਰਪੁਰ ਦੇ ਨੇ ਜਾਂ ਕਿਸੇ ਹੋਰ ਦੇ, ਲੇਕਿਨ ਹੈ ਪੰਜਾਬੀ ਨੇ ਉਹ। ਅਤੇ 105-106 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਮਤਲਬ ਕਿ ਸੁਨਿਆਸ ਲਿਆ ਗੇਮਾਂ ਦੇ ਵਿੱਚੋਂ, ਲੇਕਿਨ ਉਹ ਦੌੜਦੇ ਨੇ, ਮਤਲਬ ਕਿ ਇੰਨੇ ਬਜ਼ੁਰਗ ਹੋਣ ਦੇ ਬਾਅਦ ਵੀ ਉਹ ਦੌੜਦੇ ਨੇ। ਅਸੀਂ ਵੀ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲਾਂਗੇ, ਅਸੀਂ ਗੌਰਮੈਂਟ ਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਉਹ ਸਪੋਰਟਸਮੈਨ ਜ਼ਿਆਦਾ ਤੋਂ ਜ਼ਿਆਦਾ ਹੈਲਪ ਕਰੇ ਤਾਂ ਕਿ ਦੇਸ਼ ਦਾ ਨਾਮ ਜਿਹੜਾ ਉਹ ਅੱਗੇ ਜਾ ਕੇ ਰੋਸ਼ਨ ਕਰ ਸਕੇ। ਅਸੀਂ ਵੀ ਉਮੀਦ ਕਰਦੇ ਹਾਂ ਕਿ ਜੋ ਦਰਸ਼ਕ ਇਹ ਪ੍ਰੋਗਰਾਮ ਵੇਖਦੇ ਨੇ, ਚਾਹੇ ਲੈਂਦੇ ਪੰਜਾਬ, ਚੜ੍ਹਦੇ ਪੰਜਾਬ ਦੇ, ਜਾਂ ਉਹ ਦੇਸ਼ ਵਿਦੇਸ਼ ਕਿਸੇ ਵੀ ਕੋਨੇ ਵਿੱਚ ਵੱਸਦੇ ਪੰਜਾਬੀ ਨੇ, ਸਰਬਜੀਤ ਜੀ ਦੀ ਹੈਲਪ ਕਰਨ ਔਰ ਸਾਹਮਣੇ ਆਉਣ ਔਰ ਇਹਨਾਂ ਦੇ ਦਿੱਤੇ ਹੋਏ ਨੰਬਰ 'ਤੇ ਵੀ ਸੰਪਰਕ ਕਰਨ। ਔਰ ਉਮੀਦ ਕਰ ਰਹੇ ਹਾਂ ਕਿ ਜੋ ਕਿ ਗੁਰਦਾਸਪੁਰ ਜ਼ਿਲ੍ਹਾ, ਜਿਹਨੂੰ ਕਿ ਪਛੜਿਆ ਇਲਾਕਾ ਕਿਹਾ ਜਾਂਦਾ ਹੈਗਾ, ਪਰ ਕਿਤੇ ਨਾ ਕਿਤੇ ਅਣਦੇਖੀ ਹੋ ਰਹੀ ਆ ਉਹਨਾਂ ਜੋ ਸਾਡੇ ਨੇਤਾਵਾਂ ਵੱਲੋਂ ਜਾਂ ਸਿਆਸੀ ਲੋਕਾਂ ਵੱਲੋਂ ਜਾਂ ਫਿਰ ਉਹਨਾਂ ਕੁਝ ਲੋਕਾਂ ਵੱਲੋਂ ਕਿ ਜਿਹੜੀ ਇਸ ਦੀ ਦੇਖਭਾਲ ਨਾ ਕਰਨ ਕਰਕੇ ਇਸ ਏਰੀਏ ਦੀ ਕਿਤੇ ਨਾ ਕਿਤੇ ਮਿਸ ਕਰ